ਬਠਿੰਡਾ ਸੇ ਨਈ ਦਿੱਲੀ ਜਾਣੇ ਵਾਲੀ ਬੁਲਟ ਟ੍ਰੇਨ ਪਲੇਟਫਾਰਮ ਨੰਬਰ 1 ਸੇ ਜਾਏਗੀ ਹੈ ਜੀ। ਬੁਲਟ ਟ੍ਰੇਨ ਕਿੰਨੇ ਵਜੇ ਚੱਲੂ? 5 ਵਜੇ ਦਾ ਟਾਈਮ ਆ, ਚੱਲਣ ਵਾਲੀ ਆ, ਟਿਕਟ ਅੰਦਰੀ ਕਟਾ ਲਓ। ਠੀਕ ਹੈ ਜੀ। ਵਾਹ ਜੀ ਵਾਹ, ਕਿਆ ਸ਼ਾਨਦਾਰ ਟ੍ਰੇਨ ਹੈ, ਪੂਰਾ ਲਗਜ਼ਰੀ ਫੀਲ ਆ ਰਿਹਾ। ਪਰਦੇ ਖੋਲ ਕੇ ਬੈਠਦੇ ਆ। ਓ ਪਰਦੇ ਨੂੰ ਕਿਉਂ ਹੱਥ ਪਾਈ ਜਾਂਦਾ? ਸਪੀਡ ਇੰਨੀ ਤੇਜ਼ ਹੈ, ਦਹਿਲ ਕੇ ਮਰ ਜਾਏਗਾ। ਟਿਕਟ ਕਟਾ 2900। 2900 ਟ੍ਰੇਨ ਚਾਹੇ ਬਾਹਰਲੀ ਆ, ਸਿਸਟਮ ਤਾਂ ਆਪਣਾ ਹੀ ਚੱਲੂ। ਚਲ ਐਂ ਕਰ, 2200 ਦੇ ਦੇ, ਨਾਲੇ 700 ਦੀ ਤੇਰੀ ਬਚਤ ਹੋ ਜੂ। ਠੀਕ ਹੈ ਜੀ, ਆ ਬਣੋ 2200। 5:20 ਹੋ ਗਏ, ਟ੍ਰੇਨ ਚੱਲੇ ਨੀ? ਚੱਲੀ ਨੀ, ਟ੍ਰੇਨ ਤਾਂ ਪਟਿਆਲੇ ਪਹੁੰਚਣ ਵਾਲੀ ਆ। ਅੱਛਾ ਜੀ, ਬੜੀ ਤੇਜ਼ ਆ ਵੀ। ਚਲ ਟਾਈਮ ਪਾਸ ਲਈ ਮੈਗਜ਼ੀਨ ਪੜ੍ਹ ਲੈਂਦੇ ਹਾਂ। ਬ੍ਰੈਡ ਆਮਲੇਟ, ਬ੍ਰੈਡ ਆਮਲੇਟ, ਬ੍ਰੈਡ ਆਮਲੇਟ, ਬ੍ਰੈਡ ਆਮਲੇਟ। ਚਲ ਬ੍ਰੇਕਫਾਸਟ ਵੀ ਕਰ ਹੀ ਲੈਂਦੇ ਹਾਂ। ਆ ਇੱਕ ਬ੍ਰੈਡ ਆਮਲੇਟ ਦੇ ਯਾਰ। ਆ ਲਓ ਜੀ, 420 ਰੁਪਏ। 420? ਬੁਲਟ ਟ੍ਰੇਨ 'ਚ ਬੈਠਾ, ਪੈਸੰਜਰ 'ਚ ਨਹੀਂ ਬੈਠਾ। ਬ੍ਰੈਡ ਆਮਲੇਟ, ਬ੍ਰੈਡ ਆਮਲੇਟ, ਬ੍ਰੈਡ ਆਮਲੇਟ। ਪਾਣੀ, ਪਾਣੀ, ਪਾਣੀ। ਠੰਡਾ ਚਿਲਡ ਵਾਟਰ, ਠੰਡਾ ਚਿਲਡ ਵਾਟਰ, ਠੰਡਾ ਚਿਲਡ ਵਾਟਰ। ਇੱਕ ਪਾਣੀ ਦੀ ਬੋਤਲ ਨਹੀਂ ਯਾਰ। ਹਾਂ ਲਓ ਜੀ, 130 ਰੁਪਏ। ਡੱਕੇ ਵਾਲੀ ਕੁਲਫੀ, ਡੱਕੇ ਵਾਲੀ ਕੁਲਫੀ, ਡੱਕੇ ਵਾਲੀ ਕੁਲਫੀ। ਯਾਰ ਇੱਕ ਕੁਲਫੀ ਨਹੀਂ ਯਾਰ। ਹਾਂ ਲਓ, 150 ਰੁਪਏ। ਕਮਾਲ ਦੀ ਬੁਲਟ ਟ੍ਰੇਨ ਆ, ਹੈਪੀ ਤੂੰ? ਹਾਂ ਯਾਰ, ਬੁਲਟ ਟ੍ਰੇਨ ਤੇ ਮੈਂ ਵੀ ਦਿੱਲੀ ਜਾ ਰਿਹਾ ਸੀ। ਬੇਵਕੂਫਾ, ਬੁਲਟ ਟ੍ਰੇਨ ਤਾਂ 2023 ਚ ਆਣੀ ਹੈ, ਤੇ ਫਿਰ ਜੀ ਚ ਮੈਂ ਬੈਠਾ, ਇਹ ਕੀ ਆ? ਇਹ ਬੁਲਟ ਟ੍ਰੇਨ ਦਾ ਮਾਡਲ ਹੈ ਜਿਹੜਾ ਬਠਿੰਡਾ ਸਟੇਸ਼ਨ ਤੇ ਖੜਾ ਹੈ। ਹੈ